ਲੁਧਿਆਣੇ ਦੇ ਵਿੱਚ ਮੈਰੀਟੋਰੀ ਸਕੂਲ ਆ, 70% ਜਵਾਕ ਇਹਨਾਂ ਦੇ। ਜੇ 10 ਸਾਲ ਤੱਕ ਕਰਦੇ ਇਹਨਾਂ ਕੋਠੀਆਂ ਚੋਂ ਨਾ ਇਹਨਾਂ ਪਰ ਕਬਜ਼ਾ ਕਰਿਆ ਪਿਆ ਤਾਂ ਮੇਰੇ ਮੂੰਹ ਪਰ ਫੁੱਕ ਦੀ ਵੀ ਕਹਿੰਦਾ ਕੋਈ ਛੁਰੇ ਲਈ ਫਿਰਦੇ ਆ, ਦੇਖੋ ਸਾਡੇ ਬੱਚੇ ਗਲੀ ਚ ਨਿਕਲਣ ਜੋਗੇ ਵੀ ਨਹੀਂ। ਦੋ ਮੁੰਡੇ ਮਾਰ ਕੇ ਰੱਖਤੇ ਜਵਾਨ, ਉਹਨਾਂ ਨੇ ਕੱਲਾ ਮੁੰਡਾ ਸੀ ਆਹ। 150-200 ਵੋਟ ਇਹਨਾਂ ਦੇ ਪੱਤੇ ਤੇ। ਇਹਨਾਂ ਦਾ ਕਿੱਥੇ ਘਰ ਹੈ ਜੀ? ਵੀ ਹਰਵਿੰਦਰ ਸਿੰਘ ਪੁੱਤਰ ਪੁੱਤਰ ਸਰਵਣ ਸਿੰਘ, ਇਹਦੇ ਘਰੇ ਕੌਣ ਕੌਣ ਰਹਿ ਰਿਹਾ ਜੀ? ਸ਼ਾਮ ਲਾਲ ਜੀ, ਵਿਜੇ ਕੁਮਾਰ ਜੀ, ਰਾਧਾ ਰਾਣੀ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੋਹਾਲੀ ਵਿੱਚ ਪ੍ਰਵਾਸੀਆਂ ਵੱਲੋਂ 2 ਪੰਜਾਬੀਆਂ ਦਾ ਮਰਡਰ ਕੀਤਾ ਗਿਆ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਕੁਝ ਸਮੇਂ ਤੋਂ ਤੁਸੀਂ ਪ੍ਰਵਾਸੀਆਂ ਨੂੰ ਲੈ ਕੇ ਕਈ ਖਬਰਾਂ ਸੁਣੀਆਂ ਹੋਣੀਆਂ। ਇਹ ਸਾਰੀਆਂ ਖਬਰਾਂ ਇੱਕ ਬਹੁਤ ਵੱਡੀ ਪ੍ਰੋਬਲਮ ਵੱਲ ਇਸ਼ਾਰਾ ਕਰ ਰਹੀਆਂ ਨੇ। ਦੁਨੀਆ ਵਿੱਚ ਜਿੱਥੇ ਕਿਤੇ ਵੀ ਪ੍ਰਵਾਸ ਵੱਧਦਾ ਹੈ, ਉੱਥੇ ਲੋਕਾਂ ਲਈ ਮੁਸ਼ਕਿਲਾਂ ਦਾ ਵਧਣਾ ਇਹ ਸੁਭਾਵਕ ਜੀ ਗੱਲ ਹੈ। ਪੰਜਾਬ ਲਈ ਇਹ ਚਿੰਤਾ ਦੀ ਗੱਲ ਕਿਉਂ ਹੈ? ਪੰਜਾਬ ਇਕਲੌਤਾ ਸਟੇਟ ਹੈ ਜਿੱਥੇ ਸਿੱਖ ਮੈਜੋਰਿਟੀ ਦੇ ਵਿੱਚ ਨੇ। ਪੰਜਾਬ ਵਿੱਚੋਂ ਸਿੱਖਾਂ ਦੀ ਗਿਣਤੀ ਦਾ ਘਟਣਾ ਅਤੇ ਪ੍ਰਵਾਸੀਆਂ ਦੀ ਗਿਣਤੀ ਦਾ ਵਧਣਾ ਇਹ ਚਿੰਤਾ ਦੀ ਗੱਲ ਹੈ। ਪੰਜਾਬ ਲਈ ਇਹ ਖਤਰਾ ਕਿਵੇਂ ਬਣਦਾ ਜਾ ਰਿਹਾ ਹੈ, ਆਓ ਜਾਣਦੇ ਹਾਂ। ਗਾਣੇ ਬੰਦ ਕਰਾਤੇ ਮੈਂ ਬਈਏ ਤੇ 20 ਬਈਏ ਥਾਪੀਆਂ ਮਾਰਨ ਲੱਗ ਗਏ। ਕਹਿੰਦਾ ਮੈਂ 20,000 ਰੁਪਇਆ ਦੇ ਰਿਹਾ ਕਿਰਾਇਆ, ਇਹ ਘਰ ਖਰੀਦ ਸਕਦਾ। ਕਹਿੰਦਾ ਮੈਂ ਖਰੀਦੂਗਾ। ਗਾਣੇ ਬੰਦ ਪਤਾ ਕਿਵੇਂ ਕਰਾਇਆ ਇਹਦੇ? ਉਹ ਬਿਨਾਂ ਉੱਤੇ ਕੱਪੜਾ ਨਾ ਥੱਲੇ ਨੀਕਰ ਪਾ ਕੇ ਬੀੜੀ ਲਾ ਕੇ ਉੱਚੀ ਆਵਾਜ਼ ਚ ਗਾਣੇ ਕਰਕੇ ਬੈਠਾ। ਇਹ ਗਿਆ ਕਹਿੰਦਾ ਤੂੰ ਬੰਦ ਕਰ ਗਾਣਾ, ਕਿਵੇਂ ਅੱਗੇ ਦੱਸ ਥਾਪੀ ਮਾਰ ਕੇ ਤੂੰ ਕਰਕੇ ਲਾਉਂਗਾ। ਕਹਿੰਦਾ ਥਾਪੀ ਮਾਰ ਰਿਹਾ, 20 ਬੰਦੇ ਇਕੱਠੇ ਹੋ ਗਏ। ਜੇਕਰ ਆਪਾਂ ਡਾਟਾ ਦੇਖੀਏ ਤਾਂ ਪੰਜਾਬ ਵਿੱਚ 2001 ਵਿੱਚ ਸਿੱਖਾਂ ਦੀ ਗਿਣਤੀ 59% ਸੀ ਤੇ 2011 ਵਿੱਚ ਇਹ ਘੱਟ ਕੇ 57% ਰਹਿ ਗਈ। ਇਸ ਦਾ ਕਾਰਨ ਹੈ ਕਿ ਪੰਜਾਬ ਵਿੱਚ ਬਰਥ ਰੇਟ ਘੱਟ ਰਹੇ ਨੇ, ਕਿਉਂਕਿ ਪੰਜਾਬ ਦੀ ਨਵੀਂ ਜਨਰੇਸ਼ਨ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਵੱਸ ਰਹੀ ਹੈ। ਇਸ ਤੋਂ ਇਲਾਵਾ ਸਿੱਖਾਂ ਦੀ ਗਿਣਤੀ ਘਟਣ ਦਾ ਕਾਰਨ ਪੰਜਾਬ ਦੇ ਮਾਝੇ ਇਲਾਕੇ ਵਿੱਚ ਹੋ ਰਿਹਾ ਧਰਮ ਪਰਿਵਰਤਨ। ਮਾਝਾ ਇਲਾਕਾ ਸਿੱਖੀ ਦਾ ਗੜ੍ਹ ਹੈ, ਇੱਥੇ ਹੁਣ ਲੋਕ ਆਪਣਾ ਧਰਮ ਛੱਡ ਕੇ ਈਸਾਈ ਧਰਮ ਅਪਣਾ ਰਹੇ ਨੇ। ਤੇ ਹੁਣ ਅੱਜ ਦੀ ਵੀਡੀਓ ਦਾ ਮੇਨ ਮੁੱਦਾ, ਪੰਜਾਬ ਵਿੱਚ ਵੱਧ ਰਹੇ ਪ੍ਰਵਾਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਯੂਪੀ ਬਿਹਾਰ ਤੋਂ ਲੋਕ ਆ ਰਹੇ ਨੇ, ਜਿਨ੍ਹਾਂ ਨੂੰ ਅਸੀਂ ਪੂਰਬੀਏ ਜਾਂ ਫਿਰ ਬਈਏ ਵੀ ਕਹਿੰਦੇ ਹਾਂ। ਇਹਨਾਂ ਵਿੱਚ ਯੂਪੀ ਦੇ ਮੁਸਲਮਾਨ ਵੀ ਹਨ। ਯੂਪੀ ਦੇ ਮੁਸਲਮਾਨ ਆਪਣੇ ਆਪ ਨੂੰ ਪੰਜਾਬ ਵਿੱਚ ਯੂਪੀ ਨਾਲੋਂ ਜ਼ਿਆਦਾ ਸੇਫ ਮਹਿਸੂਸ ਕਰਦੇ ਹਨ, ਜਿਸ ਕਰਕੇ ਉਹ ਪੰਜਾਬ ਵਿੱਚ ਪ੍ਰਵਾਸ ਕਰ ਰਹੇ ਹਨ। ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ੍ਹ ਯੂਟਿਊਬ 'ਤੇ ਹਰ ਕੋਈ ਵੀਡੀਓ ਬਣਾ ਰਿਹਾ ਹੈ ਕਿ ਪੰਜਾਬ ਵਿੱਚ ਪ੍ਰਵਾਸੀ ਵੱਧ ਰਹੇ ਨੇ ਅਤੇ ਪੰਜਾਬੀ ਇਸ ਦੇ ਵਿਰੁੱਧ ਪ੍ਰੋਟੈਸਟ ਵੀ ਕਰ ਰਹੇ ਨੇ। ਤੁਹਾਨੂੰ ਸਭ ਨੂੰ ਯਾਦ ਹੋਣਾ ਕਿ ਮੋਹਾਲੀ ਦੇ ਪਿੰਡ ਮੁੱਢੋ ਸੰਗਤੀਆਂ ਵਿੱਚ ਪਿੰਡ ਵਾਸੀਆਂ ਨੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦਾ ਹੁਕਮ ਦਿੱਤਾ। ਪ੍ਰਵਾਸੀ ਮਜ਼ਦੂਰ ਆਪਣੀ ਔਰਤ ਦੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਗਿਆ। ਉਲਟਾ ਇਹ ਕਿ ਜਦੋਂ ਸਾਡਾ ਇੱਕ ਵੀਰ, ਨੌਜਵਾਨ ਵੀਰ ਉੱਥੇ ਛਡਾਉਣ ਗਿਆ ਉਸ ਔਰਤ ਨੂੰ, ਤਾਂ ਉਹਨੇ ਉਹਦੇ 'ਤੇ ਵੀ ਹਮਲਾ ਬੋਲ ਦਿੱਤਾ। ਅਤੇ ਹੁਣੇ ਪਿਛਲੇ ਹਫ਼ਤੇ ਇੱਥੇ ਮੁਸਲਮਾਨ ਵੀਰਾਂ ਦੇ ਅਸਥਾਨ 'ਤੇ, ਧਾਰਮਿਕ ਅਸਥਾਨ 'ਤੇ ਉਹਨਾਂ ਨੇ ਚੋਰੀ ਕਰੀ ਹੈ। ਪਿੰਡਾਂ 'ਚੋਂ ਅਕਸਰ ਸਾਡੇ ਜਿਹੜੇ ਨੱਕੇ ਲੱਗੇ ਵੇ ਹੁੰਦੇ ਪਾਣੀ ਵਾਲੇ, ਤੁਸੀਂ ਦੇਖਿਆ ਢੱਕਣ ਹੁੰਦੇ ਹੈ, ਉਹ ਚੋਰੀ ਕਰ ਲੈਂਦੇ ਹੈ। ਪਹਿਲਾਂ ਪਿਆਰ ਨਾਲ ਸਮਝਾਉਣ ਦੀ ਵੀ ਕੋਸ਼ਿਸ਼ ਕਰੀ, ਪੁਲਿਸ ਪ੍ਰਸ਼ਾਸਨ ਕੋਲ ਵੀ ਅਸੀਂ ਗਏ। ਜਦੋਂ ਹੱਥ ਖੜੇ ਹੋ ਗਏ ਤਾਂ ਸਾਨੂੰ ਸਾਰੇ ਪਿੰਡ ਨੂੰ ਰਲ ਕੇ ਇਹ ਡਿਸੀਜਨ ਲੈਣਾ ਪਿਆ, ਇਹ ਮਤਾ ਪਾਸ ਕਰਨਾ ਪਿਆ। ਤੇ ਮੋਹਾਲੀ ਦੇ ਹੀ ਇੱਕ ਪਿੰਡ ਜੰਡਪੁਰ ਵਿੱਚ ਵੀ ਪ੍ਰਵਾਸੀਆਂ ਦੇ ਰਹਿਣ ਲਈ 11 ਰੂਮ ਬਣਾਏ ਗਏ। ਹਮਨੇ ਇੱਕ ਬੋਰਡ ਚ ਪਾਇਆ ਹੈ ਜਿਸ ਮੇ ਹਮਨੇ ਅਪੀਲ ਕੀ ਹੈ, ਜੋ ਵੀ ਬਾਹਰ ਸੇ ਲੋਕ ਯਹਾਂ ਰਹਿਣੇ ਆਤੇ ਹੈ ਕਿ ਉਹ ਆਪਣੀ ਵੈਰੀਫਿਕੇਸ਼ਨ ਨੰਬਰ 1 ਪੇ ਜੋ ਵੈਰੀਫਿਕੇਸ਼ਨ ਹੈ ਪੁਲਿਸ ਦੁਆਰਾ ਕੀ ਜਾਤੀ ਹੈ, ਬਹੁਤ ਜ਼ਰੂਰੀ ਕਰਾਈ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਪ੍ਰਵਾਸੀਆਂ ਖਿਲਾਫ ਇੱਕ ਸਾਇਲੈਂਟ ਮੂਵਮੈਂਟ ਸ਼ੁਰੂ ਹੋ ਰਹੀ ਹੈ, ਪਰ ਇਹ ਸਭ ਕੁਝ ਹੁਣ ਹੀ ਕਿਉਂ ਹੋ ਰਿਹਾ ਹੈ? ਪ੍ਰਵਾਸੀ ਇੱਕੋ ਵਾਰ ਤਾਂ ਨਹੀਂ ਵਧੇ, ਫਰਕ ਸਿਰਫ ਇੰਨਾ ਹੈ ਕਿ ਜਦੋਂ ਇਹ ਪ੍ਰਵਾਸ ਵਧਣ ਲੱਗਿਆ
ਉਦੋਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਜਦੋਂ ਇਹ ਪ੍ਰਵਾਸੀ ਪੰਜਾਬ ਦੇ ਪੱਕੇ ਵਸਨੀਕ ਬਣ ਗਏ ਅਤੇ ਇਹਨਾਂ ਦਾ ਅਸਰ ਸਾਨੂੰ ਆਪਣੇ ਆਸ ਪਾਸ ਦਿਖਣ ਲੱਗ ਪਿਆ, ਹੁਣ ਅਸੀਂ ਇਹਨਾਂ ਖਿਲਾਫ਼ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤੇ। ਇਹ ਪ੍ਰਵਾਸ ਪੰਜਾਬ ਵਿੱਚ ਇੰਨਾ ਕਿਵੇਂ ਵਧਿਆ ਅਤੇ ਇਸ ਦਾ ਜ਼ਿੰਮੇਵਾਰ ਕੌਣ ਹੈ? ਇਹ ਜਾਣਨ ਲਈ ਸਾਨੂੰ ਹਿਸਟਰੀ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਆਪਾਂ ਸਭ ਨੂੰ ਪਤਾ ਹੈ ਕਿ 1960-65 ਵਿੱਚ ਹਰੀ ਕ੍ਰਾਂਤੀ ਪੰਜਾਬ ਵਿੱਚ ਆਈ, ਜਦੋਂ ਪੰਜਾਬ ਵਿੱਚ ਵੱਡੇ ਲੈਵਲ 'ਤੇ ਝੋਨਾ ਲਗਾਇਆ ਜਾਣ ਲੱਗਾ, ਜਿਸ ਕਰਕੇ ਲੇਬਰ ਦੀ ਡਿਮਾਂਡ ਪੰਜਾਬ ਵਿੱਚ ਵਧੀ। ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ ਪੰਜਾਬੀ ਜ਼ਿਮੀਂਦਾਰ ਖੇਤਾਂ ਵਿੱਚ ਆਪ ਹੀ ਕੰਮ ਕਰਿਆ ਕਰਦੇ ਸਨ, ਪਰ ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਪੰਜਾਬੀਆਂ ਕੋਲ ਬਹੁਤ ਪੈਸਾ ਆਇਆ ਅਤੇ ਪੰਜਾਬ ਇੱਕ ਅਮੀਰ ਸਟੇਟ ਬਣ ਗਈ, ਜਿਸ ਕਰਕੇ ਜ਼ਿਮੀਂਦਾਰ ਆਪ ਕੰਮ ਕਰਨ ਦੀ ਬਜਾਏ ਲੇਬਰ ਕੰਮ 'ਤੇ ਰੱਖਣ ਲੱਗ ਪਏ। ਇਸ ਵਿੱਚ ਉਹਨਾਂ ਨੂੰ ਲੋਕਲ ਲੇਬਰ ਨਾਲੋਂ ਪ੍ਰਵਾਸੀ ਲੇਬਰ ਜ਼ਿਆਦਾ ਸਸਤੀ ਪੈਂਦੀ ਸੀ, ਜਿਸ ਕਰਕੇ ਪ੍ਰਵਾਸੀਆਂ ਦੀ ਸੰਖਿਆ ਪੰਜਾਬ ਵਿੱਚ ਵਧਣ ਲੱਗ ਪਈ। ਇਹਨਾਂ ਪ੍ਰਵਾਸੀਆਂ ਵਿੱਚ ਜ਼ਿਆਦਾਤਰ ਯੂਪੀ ਬਿਹਾਰ ਤੋਂ ਆਉਣ ਵਾਲੇ ਬਈਏ ਸ਼ਾਮਿਲ ਸਨ। ਇਹ ਪ੍ਰਵਾਸੀ ਲੇਬਰ ਪੰਜਾਬ ਲਈ ਇੰਨੀ ਜ਼ਰੂਰੀ ਹੋ ਗਈ ਸੀ ਕਿ ਜਦੋਂ ਇੱਕ ਵਾਰ ਇਹ ਪੰਜਾਬ ਵਿੱਚ ਨਹੀਂ ਆਏ ਤਾਂ ਜ਼ਿਮੀਂਦਾਰ ਰੇਲਵੇ ਸਟੇਸ਼ਨ ਦੇ ਚੱਕਰ ਲਾਉਂਦੇ ਨਹੀਂ ਥੱਕਦੇ ਸੀ, ਅਤੇ ਫਿਰ ਅਖੀਰ ਜਦੋਂ ਇਹ ਪ੍ਰਵਾਸੀ ਲੇਬਰ ਪੰਜਾਬ ਵਿੱਚ ਆਈ ਤਾਂ ਜ਼ਿਮੀਂਦਾਰਾਂ ਵੱਲੋਂ ਇਹਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਪਹਿਲਾਂ ਤਾਂ ਇਹ ਪ੍ਰਵਾਸੀ ਸੀਜ਼ਨ ਦੇ ਸਮੇਂ ਆਉਂਦੇ, ਪੈਸਾ ਕਮਾ ਕੇ ਵਾਪਸ ਆਪਣੀ ਸਟੇਟ ਚਲੇ ਜਾਂਦੇ, ਪਰ ਹੌਲੀ ਹੌਲੀ ਇਹ ਪ੍ਰਵਾਸੀ ਸੀਜ਼ਨ ਲਾ ਕੇ ਬਾਕੀ ਸਮਾਂ ਸ਼ਹਿਰਾਂ ਦੇ ਵਿੱਚ ਫੈਕਟਰੀਆਂ 'ਚ ਕੰਮ ਕਰਦੇ ਅਤੇ ਆਪਣੀ ਰੇਹੜੀਆਂ ਲਾਉਂਦੇ। ਅੱਜ ਦੇ ਸਮੇਂ ਵਿੱਚ ਜ਼ਿਆਦਾ ਪ੍ਰਵਾਸੀ ਸ਼ਹਿਰਾਂ ਦੇ ਆਲੇ ਦੁਆਲੇ ਪੱਕੇ ਤੌਰ 'ਤੇ ਆਪਣੇ ਘਰ ਬਣਾ ਕੇ ਬੈਠ ਗਏ ਹਨ। ਪ੍ਰਵਾਸੀ ਸ਼ਹਿਰਾਂ ਦੇ ਹਰ ਕੰਮ ਵਿੱਚ ਪੰਜਾਬੀਆਂ ਨਾਲੋਂ ਕਿਤੇ ਅੱਗੇ ਹਨ। ਥੋੜ੍ਹੇ ਸਮੇਂ ਪਹਿਲਾਂ ਪੰਜਾਬ ਯੂਨੀਵਰਸਿਟੀ ਨੇ ਇੱਕ ਸਟੱਡੀ ਕਰਵਾਈ, ਜਿਸ ਵਿੱਚੋਂ ਪਤਾ ਲੱਗਿਆ ਕਿ ਜੇਕਰ ਅੱਜ 10 ਮਜ਼ਦੂਰ ਸ਼ਹਿਰਾਂ ਵਿੱਚ ਆ ਰਹੇ ਨੇ ਤਾਂ ਉਹਨਾਂ ਵਿੱਚੋਂ 7 ਮਜ਼ਦੂਰ ਪ੍ਰਵਾਸੀ ਨੇ ਅਤੇ ਸਿਰਫ 3 ਪੰਜਾਬੀ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸ਼ਹਿਰਾਂ ਦੇ ਕੰਮਾਂ ਵਿੱਚ ਕਿੰਨਾ ਦਬਦਬਾ ਇਹਨਾਂ ਪ੍ਰਵਾਸੀਆਂ ਦਾ ਹੈ। 8 ਸਾਲ ਪਹਿਲਾਂ 2016 ਵਿੱਚ ਵੀ ਪੰਜਾਬ ਸਰਕਾਰ ਨੇ ਇੱਕ ਸਰਵੇ ਕਰਵਾਇਆ, ਜਿਸ ਵਿੱਚ ਪਤਾ ਲੱਗਿਆ ਕਿ ਪ੍ਰਵਾਸੀਆਂ ਦੀ ਕੁੱਲ ਜਨਸੰਖਿਆ ਪੰਜਾਬ ਵਿੱਚ 40 ਲੱਖ ਦੇ ਨੇੜੇ ਹੈ। ਇਹਨਾਂ ਦੀ ਜ਼ਿਆਦਾ ਵਸੋਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ, ਬਠਿੰਡਾ, ਫਗਵਾੜਾ, ਹੁਸ਼ਿਆਰਪੁਰ ਵਿੱਚ ਹੈ। ਇਹਨਾਂ ਪ੍ਰਵਾਸੀਆਂ ਵਿੱਚ ਜ਼ਿਆਦਾਤਰ ਪੂਰਬੀ, ਮਤਲਬ ਕਿ ਯੂਪੀ ਬਿਹਾਰ ਤੋਂ ਆਉਣ ਵਾਲੇ ਮਜ਼ਦੂਰ ਹਨ। 40 ਲੱਖ ਦੇ ਵਿੱਚੋਂ 30% ਤਾਂ ਆਲਰੇਡੀ ਪੰਜਾਬ ਦੇ ਵੋਟਰ ਬਣ ਚੁੱਕੇ ਹਨ। ਸੋ ਸਰਕਾਰ ਦੇ ਅੰਕੜੇ ਅਨੁਸਾਰ ਇਹਨਾਂ ਦੀ ਜਨਸੰਖਿਆ ਪੰਜਾਬ ਵਿੱਚ 40 ਲੱਖ ਹੈ। ਪਰ ਹੁਣ ਦੇ ਸਰਪੰਚੀ ਇਲੈਕਸ਼ਨ ਕੁਝ ਹੋਰ ਹੀ ਦੱਸਦੇ ਨੇ। ਇਸ ਵਾਰ ਪੰਜਾਬ ਦੇ ਸਰਪੰਚੀ ਇਲੈਕਸ਼ਨ ਵਿੱਚ ਕਿੰਨੇ ਪ੍ਰਵਾਸੀ ਮਜ਼ਦੂਰ ਇਲੈਕਸ਼ਨ ਦੇ ਵਿੱਚ ਖੜੇ ਹੋਏ ਅਤੇ ਕਿੰਨੇ ਥਾਵਾਂ 'ਤੇ ਤਾਂ ਇਹ ਸਰਪੰਚੀ ਇਲੈਕਸ਼ਨ ਵੀ ਜਿੱਤੇ, ਇਹਨਾਂ ਤੋਂ ਤਾਂ ਸਾਫ਼ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਪ੍ਰਵਾਸੀਆਂ ਦੀ ਗਿਣਤੀ 40 ਲੱਖ ਤੋਂ ਕਿਤੇ ਜ਼ਿਆਦਾ ਹੈ। ਰੂਪਨਗਰ ਇਲਾਕੇ ਦੇ ਵਿੱਚ ਪ੍ਰਵਾਸੀ ਮਹਿਲਾ ਨੇ ਸਰਪੰਚੀ ਚੋਣਾਂ ਦੇ ਵਿੱਚ ਬਾਜ਼ੀ ਮਾਰੀ ਹੈ। 6500 ਵੋਟ ਜਿਹੜੀ ਹੈਗੀ ਆ ਉਹ ਪ੍ਰਵਾਸੀ ਮਜ਼ਦੂਰਾਂ ਦੀ ਹੈ ਅਤੇ ਇਸ ਪਿੰਡ ਦੇ ਜਿਹੜੇ ਵਸਨੀਕ ਹੈਗੇ ਨੇ, ਮੁੱਢਲੇ ਵਸਨੀਕ ਨੇ, ਉਹਨਾਂ ਦੀ ਵੋਟ ਇੱਥੇ ਕਰੀਬ 8-9 ਸੌ। ਹੁਣ ਕਈ ਲੋਕ ਜੋ ਆਪਣੇ ਆਪ ਨੂੰ ਬਹੁਤ ਸਮਝਦਾਰ ਦੱਸਦੇ ਨੇ, ਅਕਸਰ ਉਹ ਇੱਕ ਕਮੈਂਟ ਕਰਦੇ ਨੇ ਕਿ ਜਿਵੇਂ ਪੰਜਾਬ ਵਿੱਚੋਂ ਲੋਕ ਫੋਰਨ ਮਾਈਗ੍ਰੇਟ ਕਰ ਰਹੇ ਨੇ ਉਸੇ ਤਰ੍ਹਾਂ ਪ੍ਰਵਾਸੀ ਪੰਜਾਬ ਵਿੱਚ ਆ ਰਹੇ ਨੇ। ਅਖੇ ਗੱਲ ਤਾਂ ਇੱਕੋ ਹੀ ਹੈ, ਜਾਂ ਤਾਂ ਇਹਨਾਂ ਲੋਕਾਂ ਨੂੰ ਟੌਪਿਕ ਦੀ ਸਮਝ ਨਹੀਂ, ਜਾਂ ਫਿਰ ਇਹ ਸਮਝਣਾ ਹੀ ਨਹੀਂ ਚਾਹੁੰਦੇ। ਜੋ ਅੱਜ ਪੰਜਾਬੀ ਫੋਰਨ ਮਾਈਗ੍ਰੇਟ ਕਰ ਰਿਹਾ ਹੈ ਉਹ 20-25 ਲੱਖ ਰੁਪਏ ਲਾ ਕੇ ਜਾ ਰਿਹਾ ਵਿਦ ਵੈਰੀਫਿਕੇਸ਼ਨ। ਪਰ ਹੁਣ ਜਿਹੜੇ ਪ੍ਰਵਾਸੀ ਪੰਜਾਬ ਵਿੱਚ ਆ ਰਹੇ ਨੇ ਇਹ ਕਿੰਨੀ ਕੁ ਵੈਰੀਫਿਕੇਸ਼ਨ ਕਰਾ ਕੇ ਆ ਰਹੇ ਨੇ ਅਤੇ ਕਿੰਨੇ ਪੈਸੇ ਲਾ ਕੇ ਆ ਰਹੇ ਨੇ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਦੂਜਾ, ਜੇਕਰ ਪੰਜਾਬੀ ਬਾਹਰਲੇ ਦੇਸ਼ਾਂ ਵਿੱਚ ਕੋਈ ਕ੍ਰਾਈਮ ਕਰਦੇ ਨੇ ਤਾਂ ਉਹਨਾਂ ਨੂੰ ਉਸੇ ਵੇਲੇ ਵਾਪਸ ਇੰਡੀਆ ਡਿਪੋਰਟ ਕੀਤਾ ਜਾ ਸਕਦਾ ਹੈ, ਪਰ ਪੰਜਾਬ ਵਿੱਚ ਪ੍ਰਵਾਸੀਆਂ ਲਈ ਕੋਈ ਵੀ ਰੂਲ ਰੈਗੂਲੇਸ਼ਨ ਨਹੀਂ। ਤੀਜਾ, ਬਾਹਰਲੇ ਮੁਲਕਾਂ ਦਾ ਸਿਟੀਜ਼ਨ ਬਣਨ ਲਈ ਤੁਹਾਨੂੰ ਕਿੰਨੇ ਕਿੰਨੇ ਸਾਲ ਲੱਗ ਜਾਂਦੇ ਨੇ, ਪਰ ਪੰਜਾਬ ਵਿੱਚ ਪ੍ਰਵਾਸੀ ਕੁਝ ਹੀ ਸਮੇਂ 'ਚ ਆ ਕੇ ਆਪਣਾ ਆਧਾਰ ਕਾਰਡ, ਰਾਸ਼ਨ ਕਾਰਡ, ਨੀਲਾ ਕਾਰਡ, ਗੁਲਾਬੀ ਅਤੇ ਪਤਾ ਨਹੀਂ ਕਿਹੜਾ ਕਿਹੜਾ ਕਾਰਡ ਬਣਾ ਕੇ ਪੰਜਾਬ ਦੇ ਪੱਕੇ ਵਸਨੀਕ ਬਣ ਜਾਂਦੇ ਹਨ। ਮੁੱਦਾ ਇਹ ਨਹੀਂ ਕਿ ਪ੍ਰਵਾਸੀ ਕਿਉਂ ਆ ਰਹੇ ਨੇ, ਮੁੱਦਾ ਇਹ ਹੈ ਕਿ ਲੋੜ ਤੋਂ ਵੱਧ ਪ੍ਰਵਾਸ ਵਸਨੀਕ ਲੋਕਾਂ ਲਈ ਰੁਜ਼ਗਾਰ ਖਤਮ ਕਰ ਸਕਦਾ ਹੈ, ਉਸ ਇਲਾਕੇ ਦੀ ਬੋਲੀ, ਸੱਭਿਆਚਾਰ, ਵਿਰਸਾ
ਹਰ ਇੱਕ ਤੇ ਅਸਰ ਪਾ ਸਕਦਾ ਹੈ। ਮਹਾਰਾਸ਼ਟਰ ਵਿੱਚ ਵੀ ਕੁਝ ਸਾਲ ਪਹਿਲਾਂ ਪ੍ਰਵਾਸੀਆਂ ਖਿਲਾਫ ਪ੍ਰੋਟੈਸਟ ਸ਼ੁਰੂ ਹੋਏ ਸਨ। ਪਹਿਲੀ ਗਲਤੀ ਤੋਂ ਵਹਾਂ ਪੇ ਹੈ ਜਹਾਂ ਪੇ ਉੱਤਰ ਪ੍ਰਦੇਸ਼ ਕੇ ਰਾਜਨੇਤਾ ਜੋ ਹੈ ਵੋ ਆਪਕੇ ਯਹਾਂ ਪੇ ਉਦਯੋਗ ਨਾ ਲਾ ਸਕੇ। ਬਿਹਾਰ ਕੇ ਜੋ ਰਾਜਨੇਤਾ ਹੈ ਵੋ ਵਹਾਂ ਪੇ ਉਦਯੋਗ ਨਾ ਲਾ ਸਕੇ। ਕਿ ਭਾਰਤ ਕੇ ਜਿਤਨੇ ਵੀ ਪ੍ਰਧਾਨ ਮੰਤਰੀ ਹੋਏ ਹੈ ਉਸਮੇ ਸੇ ਕਮ 70 ਸੇ 80 ਟਕਾ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਸੇ ਹੈ। ਆਪਕੋ ਮਾਲੂਮ ਹੈ ਉੱਤਰ ਪ੍ਰਦੇਸ਼, ਬਿਹਾਰ ਔਰ ਸਿਰਫ ਝਾਰਖੰਡ ਸੇ ਤਿੰਨ ਰਾਜਿਓ ਸੇ ਮਹਾਰਾਸ਼ਟਰ ਮੇ ਰੋਜ 48 ਟ੍ਰੇਨੇ ਆਤੀ ਹੈ। ਇੱਕ ਸ਼ਹਿਰ ਹੋਤਾ ਹੈ, ਇੱਕ ਰਾਜ ਹੋਤੀ ਹੈ, ਉਸਕੀ ਇੱਕ ਕਪੈਸਿਟੀ ਹੋਤੀ ਹੈ, ਉਸਕੀ ਇੱਕ ਸ਼ਮਤਾ ਹੋਤੀ ਹੈ। ਉਸ ਸ਼ਮਤਾ ਕੇ ਬਾਹਰ ਅਗਰ ਲੋਕ ਸਿਰਫ ਆਤੇ ਰਹੇਂਗੇ ਤੋ ਜੋ ਰਹਿ ਰਹੇ ਹੈ ਪਹਿਲੇ ਸੇ ਵੋ ਕਹਾਂ ਜਾਏਂਗੇ। ਪਿਛਲੇ ਸਾਲ ਗੋਆ ਦੇ ਮੁੱਖ ਮੰਤਰੀ ਨੇ ਗੋਆ ਵਿੱਚ ਵੱਧ ਰਹੇ ਪ੍ਰਵਾਸੀਆਂ ਦੀ ਗਿਣਤੀ ਤੇ ਬਿਆਨ ਦਿੱਤਾ ਕਿ 90% ਕ੍ਰਾਈਮ ਗੋਆ ਵਿੱਚ ਪ੍ਰਵਾਸੀ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਕ੍ਰਾਈਮ ਕਰਨ ਤੋਂ ਬਾਅਦ ਪ੍ਰਵਾਸੀ ਆਪਣੀ ਸਟੇਟ ਵਿੱਚ ਆਸਾਨੀ ਨਾਲ ਬਾਰਡਰ ਕ੍ਰੋਸ ਕਰਕੇ ਫਰਾਰ ਹੋ ਜਾਂਦੇ ਨੇ, ਜਿਸ ਕਰਕੇ ਇਹਨਾਂ ਨੂੰ ਫੜਨਾ ਔਖਾ ਹੁੰਦਾ ਹੈ। ਹੁਣ ਤੇ ਮੋਹਾਲੀ ਮਰਡਰ ਕੇਸ ਵਿੱਚ ਵੀ ਕੁਝ ਅਜਿਹਾ ਦੇਖਣ ਨੂੰ ਮਿਲਿਆ। ਪ੍ਰਵਾਸੀ ਕਤਲ ਕਰਕੇ ਪੰਜਾਬ 'ਚੋਂ ਫਰਾਰ ਹੋ ਗਏ ਤੇ ਫਿਰ ਉਹਨਾਂ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ। ਹੁਣ ਆਪਾਂ ਗੱਲ ਕਰਾਂਗੇ ਕਿ ਇਸ ਪ੍ਰਵਾਸ ਵਿੱਚ ਸਰਕਾਰਾਂ ਦਾ ਕੀ ਰੋਲ ਹੈ। ਦਰਅਸਲ ਸਰਕਾਰਾਂ ਇਹ ਪ੍ਰਵਾਸ ਨੂੰ ਘੱਟ ਵੀ ਕਰ ਸਕਦੀਆਂ ਨੇ ਤੇ ਇਸ ਨੂੰ ਹੋਰ ਵੀ ਵਧਾ ਸਕਦੀਆਂ ਨੇ। ਤੁਸੀਂ ਹਿਮਾਚਲ ਪ੍ਰਦੇਸ਼ ਦੀ ਐਗਜ਼ਾਮਪਲ ਹੀ ਲੈ ਲਓ। ਹਿਮਾਚਲ ਪ੍ਰਦੇਸ਼ ਦੇ ਲੈਂਡ ਟੈਨੈਂਸੀ ਐਕਟ ਦੇ ਸੈਕਸ਼ਨ 118 ਅਨੁਸਾਰ ਕੋਈ ਵੀ ਪ੍ਰਵਾਸੀ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ। ਉੱਥੇ ਨੌਕਰੀਆਂ ਨੂੰ ਲੈ ਕੇ ਤੇ ਈਵਨ ਵੋਟਰ ਕਾਰਡ ਨੂੰ ਲੈ ਕੇ ਵੀ ਸਖਤ ਕਾਨੂੰਨ ਬਣਾਏ ਗਏ ਹਨ। ਕੁਝ ਸਮਾਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਵੀ ਪ੍ਰਵਾਸੀਆਂ ਨੂੰ ਲੈ ਕੇ ਇਹ ਬਿਆਨ ਦਿੱਤਾ ਸੀ। ਹੁਣ ਰੌਲਾ ਪੋਲੀਟੀਕਲ ਜਮਾਤ ਦਾ ਇਹ ਆ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀ ਐਡੀ ਕੁ ਵੱਡੀ ਵਸੋਂ ਆ। ਅਪਰੋਕਸੀਮੇਟਲੀ ਮੈਂ ਗਲਤ ਨਾ ਹੋਵਾਂ ਤੇ 50 ਲੱਖ ਬੰਦਾ ਗੈਰ ਪੰਜਾਬੀ ਪੰਜਾਬ 'ਚ ਰਜਿਸਟਰਡ ਅਨਰਜਿਸਟਰਡ। ਆ ਜਿਹੜਾ ਹੁਣ ਪਿੱਛੇ ਜੇ ਉਹਨਾਂ ਨੇ ਧਾਰਮਿਕ ਦਿਨ ਮਨਾਇਆ ਵਾ, ਲੁਧਿਆਣੇ ਦੀ ਸ਼ਕਲ ਆ ਰਹੀ ਸੀ, ਕਹਿੰਦੇ ਸੀ ਲੁਧਿਆਣਾ ਕਿ ਲਖਨਊ ਆ। ਇਹ ਜਿਹੜਾ ਗੈਰ ਪੰਜਾਬੀਆਂ ਦਾ ਮੁੱਦਾ ਹੈ ਇਹ ਬੜਾ ਵਾਈਟਲ ਇਸ਼ੂ ਆ ਔਰ ਇਹ ਸਾਡੀ ਆਈਡੈਂਟੀਟੀ ਅਤੇ ਸਾਡੇ ਭਵਿੱਖ ਨਾਲ ਕਨੈਕਟਡ ਆ। ਨਹੀਂ ਕਰਨਗੇ ਤਾਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਜਿਹੜਾ ਇਸ ਗੱਲ ਦਾ ਵਿਰੋਧ ਕਰੇਗਾ ਤੁਹਾਡੇ ਸਾਹਮਣੇ ਇਹਦੇ ਨਤੀਜੇ ਆਉਣਗੇ। ਉੱਤਰਾਖੰਡ ਵਿੱਚ ਵੀ ਪ੍ਰਵਾਸੀਆਂ ਵਿਰੁੱਧ ਸਖਤ ਕਾਨੂੰਨ ਬਣਾਏ ਗਏ ਹਨ। ਪ੍ਰਵਾਸੀ ਉੱਤਰਾਖੰਡ ਵਿੱਚ ਰਹਿਣ ਸਹਿਣ ਲਈ ਸਿਰਫ 220 ਸਕੁਅਰ ਮੀਟਰ ਜਗ੍ਹਾ ਹੀ ਖਰੀਦ ਸਕਦਾ ਹੈ। ਜੇਕਰ ਪ੍ਰਵਾਸੀ ਕੋਲ ਇਸ ਤੋਂ ਵੱਧ ਜ਼ਮੀਨ ਹੈ ਤਾਂ ਉੱਤਰਾਖੰਡ ਸਰਕਾਰ ਉਸ ਦੇ ਵਿਰੁੱਧ ਕਾਰਵਾਈ ਵੀ ਕਰ ਸਕਦੀ ਹੈ। ਪਰ ਪੰਜਾਬ ਵਿੱਚ ਅਜਿਹਾ ਕੁਝ ਵੀ ਨਹੀਂ। ਪੰਜਾਬ ਵਿੱਚ ਸਾਡੀਆਂ ਸਰਕਾਰਾਂ ਖੁੱਲ੍ਹੇ ਦਿਲ ਨਾਲ ਇਹਨਾਂ ਦਾ ਸਵਾਗਤ ਕਰਦੀਆਂ ਨੇ। 2013 ਵਿੱਚ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ਰੈਲੀ ਵਿੱਚ ਇਹ ਬਿਆਨ ਦਿੱਤੇ ਕਿ ਅਸੀਂ ਪ੍ਰਵਾਸੀਆਂ ਨੂੰ ਫ੍ਰੀ ਐਜੂਕੇਸ਼ਨ ਅਤੇ ਫ੍ਰੀ ਸਿਹਤ ਸਹੂਲਤਾਂ ਦੇਵਾਂਗੇ, ਇਹਨਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ ਸਭ ਕੁਝ ਬੜੀ ਆਸਾਨੀ ਨਾਲ ਬਣਾਵਾਂਗੇ, ਹੋਰ ਤਾਂ ਹੋਰ ਇਹਨਾਂ ਨੂੰ ਅਸੀਂ ਘਰ ਵੀ ਸਸਤੇ ਰੇਟ 'ਤੇ ਮੁਹੱਈਆ ਕਰਾਵਾਂਗੇ। ਜਦੋਂ ਸਾਡੀਆਂ ਸਰਕਾਰਾਂ, ਖੁਦ ਸਾਡੇ ਸੀਐਮ ਸਾਹਿਬ ਇਹਨਾਂ ਨੂੰ ਘਰੋਂ ਬੁਲਾ ਰਹੇ ਨੇ, ਇੰਨੀਆਂ ਸਹੂਲਤਾਂ ਦੇ ਰਹੇ ਨੇ, ਇੰਨੇ ਲਾਲਚ ਦੇ ਰਹੇ ਨੇ, ਤਾਂ ਕਿਉਂ ਨਹੀਂ ਪ੍ਰਵਾਸੀ ਪੰਜਾਬ ਵਿੱਚ ਵਧਣਗੇ। ਤੁਸੀਂ ਕੋਈ ਵੀ ਸਰਕਾਰ ਲਾ ਲਓ, ਚਾਹੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ, ਹਰ ਇੱਕ ਨੂੰ ਵੋਟਾਂ ਦਾ ਲਾਲਚ ਹੈ। ਸਰਕਾਰਾਂ ਦੁਆਰਾ ਕੋਈ ਵੀ ਸਖਤ ਕਾਨੂੰਨ ਨਾ ਬਣਾਏ ਜਾਣ ਕਾਰਨ ਪੰਜਾਬ ਵਿੱਚ ਪ੍ਰਵਾਸੀਆਂ ਦਾ ਵੋਟ ਬੈਂਕ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਪੋਲਿਟਿਕਸ ਵਿੱਚ ਇੱਕ ਬਹੁਤ ਵੱਡਾ ਰੋਲ ਇਹ ਪ੍ਰਵਾਸੀ ਨਿਭਾਉਣਗੇ। ਸਰਕਾਰਾਂ ਦੇ ਨਾਲ ਨਾਲ ਅਸੀਂ ਖੁਦ ਵੀ ਇਸ ਲਈ ਜ਼ਿੰਮੇਵਾਰ ਹਾਂ। ਦਰਅਸਲ ਸਪੇਸ ਦੇਣ ਵਾਲੇ ਅਸੀਂ ਆਪ ਹਾਂ। ਇਹ ਸਪੇਸ ਅਸੀਂ ਕਿਵੇਂ ਦਿੱਤੀ? ਤੁਸੀਂ ਦੇਖੋ, ਖੇਤਾਂ ਵਿੱਚ ਅਸੀਂ ਹੱਥੀਂ ਕੰਮ ਕਰਨਾ ਬੰਦ ਕਰ ਦਿੱਤਾ। ਦੂਸਰਾ, ਪ੍ਰਵਾਸੀ ਜੋ ਕੰਮ ਸ਼ਹਿਰਾਂ ਵਿੱਚ ਕਰ ਰਹੇ ਨੇ ਉਹ ਕੰਮ ਕਰਨ ਲੱਗਿਆਂ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ। ਅਸੀਂ ਨੌਕਰੀਆਂ ਦੀ ਤਿਆਰੀ ਲਈ 5-5-6-6 ਸਾਲ ਲਗਾ ਦਿੰਦੇ ਹਾਂ, ਹਾਲਾਂਕਿ ਸਾਨੂੰ ਕੋਈ ਗਰੰਟੀ ਨਹੀਂ ਕਿ ਸਾਨੂੰ ਨੌਕਰੀ ਮਿਲੇਗੀ ਜਾਂ ਫਿਰ ਨਹੀਂ। ਇਸ ਤੋਂ ਘੱਟ ਸਮੇਂ ਵਿੱਚ ਪ੍ਰਵਾਸੀ ਰੇਹੜੀਆਂ ਲਾ ਕੇ ਪੰਜਾਬ ਵਿੱਚ ਆਪਣਾ ਚੰਗਾ ਕਾਰੋਬਾਰ ਸ਼ੁਰੂ ਕਰ ਲੈਂਦੇ ਨੇ। ਇੱਥੇ ਸਾਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਹਾਲਾਂਕਿ ਕੁਝ ਪੰਜਾਬੀ ਨੌਜਵਾਨ ਤਾਰੀਫ ਦੇ ਹੱਕਦਾਰ ਹਨ ਜੋ ਇਹਨਾਂ ਪ੍ਰਵਾਸੀਆਂ ਦੇ ਬਰਾਬਰ ਕੰਮ ਕਰ ਰਹੇ ਹਨ। ਦੇਖੋ, ਪੰਜਾਬ ਇੱਕ ਬਾਰਡਰ ਸਟੇਟ ਹੈ ਜਿਸ ਕਰਕੇ ਪੰਜਾਬ ਵਿੱਚ ਹੋ ਰਹੀ ਹਰ ਹਲਚਲ 'ਤੇ ਸਾਰਿਆਂ ਦੀ ਨਿਗ੍ਹਾ ਰਹਿੰਦੀ ਹੈ।
ਇਸ ਕਰਕੇ ਇਹ ਜ਼ਰੂਰੀ ਹੈ ਕਿ ਪੰਜਾਬ ਵਿੱਚ ਵੀ ਹਿਮਾਚਲ ਉੱਤਰਾਖੰਡ ਵਾਂਗੂ ਜ਼ਮੀਨਾਂ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਏ ਜਾਣ। ਇੱਕ ਪੁਆਇੰਟ ਹੋਰ ਕਿ ਪੰਜਾਬ ਵਿੱਚ ਆ ਰਹੇ ਪ੍ਰਵਾਸੀਆਂ ਦੀ ਮੈਡੀਕਲ ਜਾਂਚ ਤੇ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਹਰ ਇੱਕ ਸਟੇਟ ਦਾ ਆਪੋ ਆਪਣਾ ਵੱਖਰਾ ਕਲਚਰ ਹੁੰਦਾ, ਉਹ ਚਾਹੇ ਯੂਪੀ, ਬਿਹਾਰ, ਪੰਜਾਬ ਜਾਂ ਫਿਰ ਕੋਈ ਹੋਰ ਸਟੇਟ ਹੋਵੇ, ਲੋੜ ਤੋਂ ਵੱਧ ਪ੍ਰਵਾਸ ਹਰ ਕਿਤੇ ਖਤਰਨਾਕ ਹੈ। ਉਹ ਸਟੇਟ ਦੇ ਸੱਭਿਆਚਾਰ, ਬੋਲੀ, ਰਹਿਣ ਸਹਿਣ, ਮਤਲਬ ਕਿ ਹਰ ਇੱਕ ਚੀਜ਼ 'ਤੇ ਅਸਰ ਪਾਉਂਦਾ ਹੈ। ਮੁੱਦਾ ਪੰਜਾਬ ਵਿੱਚ ਮਾਈਗ੍ਰੇਸ਼ਨ ਦਾ ਨਹੀਂ, ਬਲਕਿ ਮੁੱਦਾ ਇੱਥੇ ਪੱਕੇ ਤੌਰ 'ਤੇ ਵਸਣ ਅਤੇ ਇੱਥੋਂ ਦੀ ਰਾਜਨੀਤੀ 'ਤੇ ਅਸਰ ਪਾਉਣ ਦਾ ਹੈ। ਵਧੀਆ ਕੰਮ ਦੀ ਭਾਲ ਵਿੱਚ ਮਾਈਗ੍ਰੇਸ਼ਨ ਕਰਨਾ ਇਹ ਕੋਈ ਮਾੜੀ ਗੱਲ ਨਹੀਂ, ਇਹ ਹਰ ਕੋਈ ਕਰਦਾ ਹੈ। ਪਰ ਜਦੋਂ ਪੰਜਾਬ ਦੇ ਭਵਿੱਖ ਦਾ ਫੈਸਲਾ ਪੰਜਾਬੀਆਂ ਦੀ ਥਾਂ ਪ੍ਰਵਾਸੀ ਲੈਣ, ਤਾਂ ਫਿਰ ਸਾਡਾ ਪੰਜਾਬ 'ਤੇ ਦਾਅਵਾ ਕਾਹਦਾ? ਪੰਜਾਬ 'ਤੇ ਸਾਡਾ ਦਾਅਵਾ ਤਾਂ ਹੀ ਹੈ ਜੇ ਅਸੀਂ ਖੁਦ ਆਪਣੇ ਹੱਥੀਂ ਕੰਮ ਕਰ ਰਹੇ ਹਾਂ ਅਤੇ ਜੇ ਅਸੀਂ ਇੱਥੇ ਮੈਜੋਰਿਟੀ ਦੇ ਵਿੱਚ ਹਾਂ। ਇਸ ਸਾਰੇ ਮੁੱਦੇ ਦਾ ਪੰਜਾਬ ਦੇ ਆਉਣ ਵਾਲੇ ਭਵਿੱਖ 'ਤੇ ਕੀ ਅਸਰ ਪੈ ਸਕਦਾ ਹੈ? ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ। ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਵੀ ਕਰ ਦਿਓ। ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ। ਸਤਿ ਸ਼੍ਰੀ ਅਕਾਲ।